हाँ जी हेलो एंड वेलकम गाइस, कमें आई होप तो ही सारे कैंट हो गए। तो अब आप पहुंचे थे मामा बद्दू वाली को, इतने वीडियो शूट करनी है दो तीन, आप दो तीन दिन इतने ही हाँ। मैं एक ही ब्लॉग पाऊंगा दो तीन दिन का, बाकी देखते हैं जे बड़ा बंदा फिर कल सिंगल सिंगल पा देंगे, फुल फुल पा देंगे, ठीक है। तो नाल आए भाई जी चलजीत भाई जी, कितना भाजो कितना भाऊ, ठीक है। तो देखते हैं अगे अगे की बंदा जुड़ता, अपन की रोल रूल मिलता। चलो भाई बाबे कहते बर्गर खान कितने पहुँच गए, कहते भाई अपने बागे प्राण नवे आए हैं बई, कहते भाई बस ज सिरा ही माहौल चल किया पाया, रॉयल रॉयल फूड बस, अज वेखने खा के की माहौल चल, टेस्ट टूस्ट है हैप्पी हो यदा बई आप काम च बिजी होया पाया बंदा ना ना कम। चको बाबे हो गई शूट की तैयारी, मामा करिए स्टार्ट फिर। चलो है बई आ बंदा लग जू पता हूं बाई जी अपने की बाई देना बाई बिकर आया दूजा की कहने होंगे उन्हें पावा खड़िया सी टंबा फड़ के कर रहा, बाकी पिस्तौल भी चक्की फिरदा। चको बाबे आप पहुँच गया सैट से हैं बई, आप इतने शूट करना खाने नहीं गए, स्मेल आ रही हैं, जी करता ना समोसे पहला खा ही ली, शूट शाट फिर ही करा। तो मामा किधर गया, आ गया मामा बाबे, बस रुकूगा हूँ कनेक्ट है रोकी, चलो 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 आ बस है मामा। चलो चको बाबे अद्धा शूट हो गया कंप्लीट, अद्धा का हाई तो एक शॉट ही लिया, चको बी कहते पग बदल बदल के बनिया जा रही है बई, हो गया सैट, कहते बी पग पुग बन के बंदे हो गए सैट फटा। जलवीर भाई और पाऊ सैट मामा जी कैसे हो, बिल्ली बैग नहीं दिखाने मामा, डौला बका कर आए हाए बाजो भाई खतरनाक ही है काम। ਤੁਸੀਂ ਇਹ ਸੈੱਟ ਤੇ ਖੜਾ ਤਾਂ ਡੌਲਿਆਂ ਦੀ ਵਜ੍ਹਾ ਕਰਕੇ ਖੜਿਆ ਤੁਹਾਨੂੰ ਪਤਾ? ਲੱਗ ਗਿਆ ਤੁਹਾਨੂੰ ਪਤਾ। ਕੋਈ ਨਹੀਂ ਤੁਹਾਡੇ ਤੋਂ ਲੋਕੀ ਟੈ ਕਿੰਨੇ ਕਰਨ ਤੁਹਾਨੂੰ ਲੱਗ ਜਾਵੇ ਪਤਾ। ਆ ਬਸਾਂ ਬੂਸਾਂ ਜਣਾ। ਤੇ ਬਾਬਿਓ ਇਧਰ ਮੇਕ ਮੁਕ ਕੱਪ ਚੱਲ ਰਿਹਾ ਤੇ ਆ ਬਾਈ ਜੀ। ਉਧਰ ਬੜਾ ਕਹਿਣ ਲੱਗਦਾ ਜੀ ਕੰਮ ਨਾ। ਵਰਦੀ। ਬਾਲੀ ਠੋਕ ਪੈਂਦੀ ਸੀ ਬਾਬਿਓ। ਚੱਕੋ ਬਾਬਿਓ ਕਹਿੰਦੇ ਮੇਕਅਪ ਹੋ ਰਿਹਾ। ਤੇਰੇ ਤੋਂ ਪ੍ਰਾਈਮਰ ਮਾਰਨਾ ਪੈਣਾ। ਰੰਗੀ ਮਾਲਾ ਕਾਲਾ ਪਹਿਲਾਂ ਪ੍ਰਾਈਮਰ ਮਾਰਨਾ ਪੈਣਾ। ਚੱਲ। ਮੁੰਡਾ ਉਹੀ ਸੋਣਾ ਲੋੜ ਹੀ ਨਹੀਂ ਸੀ ਤੂੰ ਫੋਟੋ ਕਾਹਦਾ ਖਾਈਦਾ ਸੀ ਫੋਟੋ ਆਪਾਂ ਉਹ ਖਿੱਚ ਲਾਂਗੇ ਇਹ ਫੋਟੋ ਨਹੀਂ 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 ਸਹੀ ਆ ਪਹਿਲਾਂ ਨਾਲ ਬੜਾ ਰੇਗ ਮਾਰ ਠੀਕ ਆ ਹਾਂ ਉਸ ਤੋਂ ਬਾਅਦ ਬੜਾ ਪ੍ਰੈਵਰ ਆ ਗਏ ਹੀ ਆ ਗਏ ਚਲੋ ਬਾਬੇ ਕੈਮਰੇ ਚੱਕੋ ਯਾਰ ਚਲੋ ਬਾਈ ਹੁਣ ਕਹਿੰਦੇ ਵਿਆਹ ਵਾਲਾ ਸੀਨ ਹੋਇਆ ਪਿਆ ਹੈ ਹੈ ਬਾਈ ਬਾਈ ਮੁੰਡੇ ਵਾਲੇ ਕੁੜੀ ਵਾਲੇ ਮੁੰਡੇ ਵਾਲੇ ਮੁੰਡੇ ਵਾਲੇ ਤੂੰ ਆ ਦਾ ਵਿਚੋਲਾ ਆ ਦਾ ਵਿਚੋਲਾ ਵਿਚੋਲਾ ਤੇ ਅਸੀਂ ਬਰਾਤੀ ਬਾਈ ਮੁੰਡੇ ਵਾਲੇ ਪਾਸ ਹੋ ਕੇ ਕੁੜੀ ਵਾਲੇ ਪਾਸ ਮੁੰਡਾ ਹੀ ਅਸੀਂ ਬਰਾਤੀ ਹੁੰਨੇ ਆ ਨਹੀਂ ਅਸੀਂ ਬਰਾਤੀ ਹੁੰਨੇ ਆ ਯਾਰ ਮੇਰੇ ਨਾਲ ਆਏ ਭਰਾ ਹਾਏ ਹਾਏ ਬਾਗੀਆਂ ਬੋਲ ਸਰਵਾਲਾ ਵੇ ਕਿਹੜੇ ਪਾਸ ਹੋ ਮੇਰੇ ਹਿਸਾਬ ਨਾਲ ਤੂੰ ਲਾਗੀ ਲੱਗਦਾ ਜਿਹੜੇ ਨਾਲ ਡੱਬੇ ਤੋਂ ਚੱਕੀ ਆ ਬਾਈ ਕੁੜੀ ਦੇ ਭਾਈ ਓਏ ਨਹੀਂ ਲਾਗੀ ਹੁੰਨੇ ਆ ਸੌ ਆਦਮੀ
ਰੇਹੜੀ ਤੇ ਕਰਕੇ ਕਹਿੰਦਾ ਕਹਿੰਦਾ ਸਮੋਸਿਆਂ ਦੀ ਖੁਸ਼ਬੂ ਬੜੀ ਆਉਂਦੀ ਹੈ ਮੈਂ ਫ੍ਰੀ ਆ ਸੌਂਗ ਲਾਜੀ ਕਿਹੜਾ ਸੀਨ ਰਹੇਗਾ ਤੇਰਾ ਹੁਣ ਆ ਬਾਬੇ ਵਿਚੋਲਾ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਆਏ ਹੈ ਮਾੜਾ ਉਹ ਚਾਜਾ ਕੀ ਕਹਿੰਦੇ ਹੁੰਦੇ ਆ ਕਰੈਕਟਰ ਚ ਹਾਂ ਕਰੈਕਟਰ ਚ ਆਜਾ ਮਾੜਾ ਆਜਾ ਪਸਤੌਲ ਵੀ ਚੱਕੀ ਫਿਰਦਾ ਝੋਲੇ ਜਣਾ ਬੱਟੂ ਨਹੀਂ ਕੱਢ ਆ ਅੱਛਾ ਉਹਦਾ ਲਸੰਸਰੀ ਨਹੀਂ ਹੋਣਾ ਵਾ ਜੀ ਠੀਕ ਆ ਐਕਸ਼ਨ ਲੁਕਸ਼ਨ ਕਰਕੇ ਨਾਲੇ ਜਮਾ ਕਰਾਦਾ ਦੋ ਨੰਬਰ ਹੀ ਰੱਖ ਲੈਂਦਾ ਰਿਸ਼ਤੇ ਰੁਸ਼ਤੇ ਭਰਾਵਾ ਕਰਾਉਣ ਜਾਣਾ ਪੈਂਦਾ ਫਿਰ ਨਾਲ ਰੱਖਣੇ ਪੈਂਦੇ ਥਿਆ ਹਾਂ ਕਹਿੰਦੇ ਲੋਡ ਪੈ ਗਈ ਅਗਲੇ ਘਰਾਂ ਦੇ ਰਿਸ਼ਤੇ ਆ ਕਸ਼ਮੀਰਾ ਭਾਊ ਵੀ ਕੀ ਕਰੇ ਚੁੱਲੇ ਤੇਰੇ ਡਾਂਗ ਡੂੰ ਦਾ ਫੇਰੀ ਹੋ ਕੇ ਨੇ ਅੰਦਰ ਤਾੜ ਕੇ ਹਾਂ ਵਿਚੋਲੇ ਤੇਰੇ ਡਾਂਗ ਡੂੰ ਨਹੀਂ ਫੇਰੀ ਕਰੇ ਡਾਂਗ ਦਾ ਫੇਰੀ ਹੋ ਕਿਤੇ ਉਹ ਮੈਂ ਸੁਣਿਆ ਕਹਿੰਦੇ ਵਿਚੋਲਿਆਂ ਦੇ ਛਤਰ ਹੀ ਬਹੁਤ ਪੈਂਦੇ ਹੁੰਦੇ ਆ ਨਹੀਂ ਮਤਲਬ ਕਿਸੇ ਦੀ ਕੁੜੀ ਅੰਦਰ ਵੜ ਕੇ ਬੜਾ ਕੁਝ ਫੇਰ ਜਾਂਦਾ ਜਾਂ ਮੁੰਡਾ ਕੋਈ ਜਾਂ ਕੁੜੀ ਤੇ ਇੱਧਰ ਉੱਧਰ ਦਾ ਰਿਸ਼ਤਾ ਕਰਾ ਕੇ ਜੁੱਤੀਆਂ ਖਾਧੀਆਂ ਕਿਤੇ ਨਾ ਅਜੇ ਇੱਕ ਵਾਰੀ ਕਸ਼ਮੀਰੇ ਭਾਉ ਨੂੰ ਆ ਵਿਆਹ ਨੇ ਤੇਰੇ ਪਵਾ ਦੇਣੀਆਂ ਆ ਆ ਵਿਆਹ ਤੋਂ ਲੱਛਣ ਲੱਗਦਾ ਆ ਵਿਆਹ ਨੇ ਤੇਰੇ ਪਵਾ ਦੇਣੀਆਂ ਆ ਯਾ ਸਹੀ ਆ ਇਹ ਮੁੰਡੇ ਕੁੜੀ ਵਾਲਾ ਵੇਖ ਕੇ ਲੱਗਦਾ ਵੀ ਇਹ ਸੇਵਾ ਕਰਾਉਣਗੇ ਤੇ ਬਾਕੀ ਹੁਣ ਕਰਦੇ ਫਿਰ ਸ਼ੂਟ ਆ ਗਿਆ ਮਾਮਾ ਚਲੋ ਬਈ ਪਹਿਲਾਂ ਤੁਸੀਂ ਐਂ ਦੱਸੋ ਕਿ ਟੋਬੇ 'ਚ ਸ਼ੂਟ ਕਰਕੇ ਕਿੱਦਾਂ ਲੱਗ ਰਿਹਾ ਇਹ ਨੇ ਮੇਕਅਪ ਆਰਟਿਸਟ ਚਾਂਦਨੀ ਜੀ ਆਓ ਇਹਨਾਂ ਨੂੰ ਪੁੱਛਦੇ ਹਾਂ ਕਿਵੇਂ ਤਾਂ ਲੱਗ ਰਿਹਾ ਆ ਮੇਰੇ ਮੁੜਕਾ ਇਹ ਤਾਂ ਸਾਫ ਕੀਤਾ ਨਹੀਂਗਾ ਦੇਖ ਬਈ ਕਿੰਨਾ ਮੁੜਕਾ ਨਾ ਹਾਂ ਇਹ ਮੈਂ ਕਹਿੰਦਾ ਵੀ ਜਦੋਂ ਮੇਕਅਪ ਕਰਦੇ ਵਿੱਚ ਫੈਵੀਕੋਲ ਜ਼ਰੂਰ ਪਾਇਆ ਕਰੋ ਜੰਮ ਜਾ ਕਰੂਗਾ ਹਾਂ ਉਹ ਦੇਈ ਚੱਲ ਅਸੀਂ ਆਪ ਹੀ ਕਰ ਲਾਂਗੇ ਆ ਕਿਸੇ ਤੋਂ ਨਹੀਂ ਅਸੀਂ ਕਰਾਉਂਦੇ ਸਹੀ ਹੈ ਕਿ ਨਹੀਂ ਕਸ਼ਮੀਰਾ ਭਾਉ ਨੂੰ ਤਾਂ ਜਾਣਦੇ ਹੋ ਹਾਏ ਹਾਏ ਕੋਟੀ ਪੈਂਦੀ ਹੈ ਸਿਰੇ ਨਹੀਂ ਚੜਦੇ ਆਹ ਸਹੀ ਨੂੰ ਪੁੱਛ ਲਓ ਕਸ਼ਮੀਰੇ ਭਾਉ ਨੇ ਤੇਰਾ ਬਾਹਰ ਦੇ ਆਈ ਲੈ ਸਾਲਾ ਬੈਂਡ ਵਾਲਾ ਰਿਸ਼ਤਾ ਕਰਾਇਆ ਕਰਾਇਆ ਕਿ ਨਹੀਂ ਕਰਾਇਆ ਕਰਾਇਆ ਕਿ ਨਹੀਂ ਕਰਾਇਆ ਬਸ ਤੂੰ ਫਰਰ ਹੋ ਜਾ ਮੁੰਡੇ ਨੂੰ ਕਿਹਨੇ ਤੂੰ ਫਰਰ ਹੋ ਜਾ ਕਸ਼ਮੀਰੇ ਭਾਉ ਦਾ ਕਮਿਸ਼ਨ ਕਿੰਨਾ ਕਸ਼ਮੀਰੇ ਭਾਉ ਨੂੰ ਕੀ ਮਿਲਣਾ ਗਾਲਾ ਲੱਡੂ ਹਾਏ ਹਾਏ ਲੱਡੂ ਤਾਂ ਮਿੱਠੇ ਹੁੰਦੇ ਕਹਿੰਦੇ ਬਾਬੇ ਹੁਣ ਤੁਹਾਨੂੰ ਆਪਾਂ ਦੱਸਦੇ ਆਂ ਸ਼ੂਟ ਕਿੱਦਾਂ ਚੱਲ ਰਿਹਾ ਮਾੜਾ ਦੱਸੋ ਕੀ ਕੁਛ ਮੁਸ਼ਕਲਾਂ ਸਾਹਮਣਾ ਹੋ ਰਿਹਾ ਮੀਂਹ ਪਹਿਲਾਂ ਤਾਂ ਮੀਂਹ ਦੀ ਬਹੁਤ ਔਖੇ ਰਹੇ ਹਾਂ ਇੱਕ ਇਹਨਾਂ ਨੂੰ ਡਰੈਸ ਦਾ ਬਹੁਤ ਚੇਂਜ ਦਾ ਚੱਕਰ ਪੈ ਰਿਹਾ ਡਰੈਸ ਕਿੰਨੇ ਵਾਰੀ ਚੇਂਜ ਕਰ ਲਈ ਹਾਲੀ ਸ਼ੂਟ ਫਿਰ ਵੀ ਨਹੀਂ ਲਿਆ ਨਾ ਲਾਤ ਮਾੜੇ ਕੰਪਨੀ ਘਾਟੇ ਚ ਜਵਾਕਾਂ ਚੂਲ ਲਿਖਾ ਰਹੇ ਆਪਾਂ ਕਿੱਦਾਂ ਲੱਗਿਆ ਚੂਲ ਤੁਹਾਨੂੰ ਬਾਈ ਸਿਰਾ ਲੱਗਿਆ ਹਾਂਜੀ ਚੱਕੋ ਬਾਈ ਮਾਮੇ ਦਾ ਵਿਆਹ ਹੋਣ ਜਾ ਰਿਹਾ ਲਓ ਜੀ ਅੱਜ ਸਾਡਾ ਹੈਗਾ ਜੀ ਵਿਆਹ ਮਾਮੇ ਚਾਬੀ ਦੇ ਮਾਮਾ ਨੇ ਚਾਬੀ ਨਾਲ ਜਾਣ ਕੇ ਚਾਬੀ ਵੀਰੇ ਗੱਡੀ ਦੀ ਮੰਜੇ ਦੇ ਉੱਤੇ ਪਈ ਆ ਤੇ ਫੋਟੋਗ੍ਰਾਫਰ ਵਿੱਚ ਸਾਡੇ ਕੋਲ ਪਹੁੰਚੇ ਹੋਏ ਨੇ ਠੀਕ ਹੈ ਜੀ ਤੇ ਮੈਂ ਤੁਹਾਨੂੰ ਆਪਣੇ ਲਾਣੇ ਨਾਲ ਮਿਲਾ ਲਾ ਜੀ ਇਹ ਮੇਰਾ ਭਰਾ ਵਾ ਜੀ ਠੀਕ ਹੈ ਬਿਨਾ ਕਾਰਡ ਤੋਂ ਆਇਆ ਜੀ ਖਾ ਨਹੀਂ ਆਇਆ ਬੈਠ ਦਿਓ ਬਈ ਆਹ ਵਿਚੋਲਾ ਜੀ ਜਿਹਨੇ ਵਿਆਹ ਕਰਾਇਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਵਿਚੋਲੇ ਜਾਂਦੇ ਬਸ ਰਹਿਣ ਘਰ ਵਸਾਉਂਦੇ ਆ ਹੁਣ ਨਹੀਂ ਵਸਦਾ ਜਾਂ ਕੋਈ ਪ੍ਰੋਬਲਮ ਆ ਉਹ ਫਿਰ ਕਿਸਮਤ ਦੇ ਉੱਪਰ ਡਿਪੈਂਡ ਕਰਦਾ ਹੈ ਜੋ ਦਾ ਕੰਮ ਹੁੰਦਾ ਹੀ ਵਿਆਹਣਾ ਜਾਂਦੀ ਕਸ਼ਮੀਰਾ ਭਾਉ ਚਾਹੇ ਜਾਂਦੀ ਰੰਡੀ ਹੋ ਜੇ ਆਜ ਮੇਰੀ ਭੂਆ ਦਾ ਮੁੰਡਾ ਜੀ ਭੂਆ ਨਾਲ ਮੇਰੇ ਡੈਡੀ ਦੀ ਬਣਦੀ ਨਹੀਂ ਸੀ ਭੂਆ ਨੇ ਬੁਲਾਈ ਮੇਰੀ ਇਹਦੇ ਨਾਲ ਬਣਦੀ ਸੀ ਆਪਾਂ ਇਹ ਬੁਲਾਇਆ ਜੀ ਮੋਟਾ ਉਹ ਹੋ ਗਿਆ ਘਰੇ ਖਾ ਖਾ ਕੇ 4-5 ਦਿਨ ਹੋ ਗਏ ਵਿਆਹ ਸਾਡਾ ਜੀ ਬਾਈ ਢੋਲ ਵਾਲਾ ਜੱਤਾ ਮਾਰ ਦਿੱਤਾ ਗਿਆ ਡਗਾ ਲਾਵਣਾ ਡਗਾ ਚੱਕ ਦੇ ਢੋਲ ਤੇ ਬਾਈ ਜੀ ਢੋਲ ਵਾਲੇ ਤੇ
ਆ ਨਾਗਣ ਵੀ ਬਹੁਤ ਦੂਰੋਂ ਮਗਾਈ ਵੀ ਆ ਇੱਕ ਜਣਾ ਹੋਰ ਵਾੜਦਾ ਲੱਕੀ ਨੂੰ ਵਾੜਦਾ ਸੈਟ ਆ ਕੰਮ ਸੈਟ ਪੂਰਾ ਆ ਆ ਗੁੱਗੂ ਗੱਲ ਜਾਵਾਂ ਬਾਈ ਯਾਰ ਕਾਪੀ ਕੀ ਤੋਂ ਪੁੱਛ ਕੇ ਜ਼ਮੀਨ ਚ ਬੜੇ ਹੋ ਗਏ ਭੂਆ ਦਾ ਮੁੰਡਾ ਅੱਛਾ ਗੁੱਗੂ ਦੀ ਭੂਆ ਦਾ ਮੁੰਡਾ ਠੀਕ ਆ ਠੀਕ ਆ ਆ ਨਾ ਹੋਣਾ ਹੀ ਉਹਨੇ ਆਪ ਮੈਨੂੰ ਕਹਿੰਦਾ ਚੱਲ ਤੂੰ ਮਾਰਾ ਡੰਗਾ ਸਾਰੇ ਠੀਕ ਆ ਕਰਕੇ ਇੱਧਰ ਕਰੀ ਕੱਟ ਲਾ ਯਾਰ ਇਹ ਆਈਲੈਂਡਸ ਕਰਦਾ ਪਿਆ ਸੱਤ ਬੈਂਡ ਲੈ ਗਿਆ ਇਹਦੇ ਲਈ ਮੁੰਡਾ ਲੱਭਣਾ ਸਹੀ ਆ ਸਹੀ ਆ ਡੰਡਾ ਸੀ ਹੁਣ ਅੱਗੇ ਮੈਂ ਵੀ ਕਰ ਚਲਾ ਪਕੌੜੀਆਂ ਜਨਤਾ ਬਾਲੀਆਂ ਖਾਂਦੀਆਂ ਦੀਪਾ ਬਾਈ ਅੰਦਰ ਆ ਲੈ।